ਸੈਟ ਪਿੰਡ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਢੋਡੇ ਵਿਖੇ ਅੱਜ ਬੜੀ ਮਹੱਤਵ ਸ਼ਰਮ ਵਾਲੀ ਗੱਲ ਹੈ ਕਿ ਹਨੀਫ ਖਾਨ ਦੀ ਜਿਸ ਦੀ ਉਮਰ 65 ਸਾਲ ਸੀ ਉਸਦੀ ਅੱਜ ਮੌਤ ਹੋਣ ਕਰਕੇ ਦਫਨਾਨ ਜੋ ਕਿ ਉਹਨਾਂ ਨੂੰ ਜਗ੍ਹਾ ਨਹੀਂ ਪਿੰਡ 'ਚ ਮਿਲ ਰਹੀ ਇਸ ਲਈ ਆਓ ਜਾਣੀਓ ਉਸਦੇ ਪਰਿਵਾਰ ਦੇ ਮੈਂਬਰਾਂ ਨਾਲ ਕਿ ਉਹਨਾਂ ਨਾਲ ਕੀ ਪ੍ਰੋਬਲਮ ਆ ਰਹੀ ਸਰਪੰਚ ਦੇ ਕੁੰਡੀ ਲੈਣ ਗਏ ਸੀ ਸਵੇਰੇ ਕਬਰ ਕੱਢਣ ਵਾਸਤੇ ਉਹਨਾਂ ਨੇ ਸਾਨੂੰ ਕੁੰਡੀ ਨਹੀਂ ਦਿੱਤੀ ਅਸੀਂ ਦੂਜੇ ਪਿੰਡ ਜਾ ਕੇ ਕਬਰ ਕੱਢੀ ਇੱਥੇ ਸਾਡੀ ਜਗ੍ਹਾ ਹੈਗੀ ਆ ਮਿਲ ਨਹੀਂ ਰਹੀ ਦੇ ਨਹੀਂ ਰਹੇ ਸਾਨੂੰ ਪਿੰਡ ਦੇ ਕਬਰਸਤਾਨ ਹੈਗਾ ਸਾਨੂੰ ਮਿਲ ਨਹੀਂ ਦਿੰਦਾ ਮੈਂ ਸਰਪੰਚ ਵੀ ਉੱਥੇ ਅਸੀਂ ਬੱਕਰੀਆਂ ਭੇਡਾਂ ਕਢਾ ਲੈਂਦੇ ਸੀ ਬੱਚੇ ਮੇਰੇ ਥੋਂ ਹੈ ਨਹੀਂ ਕਿਤੇ ਵੀ ਪਿੰਡ 'ਚ ਕੱਢਣੀ ਦੂਜੇ ਪਿੰਡ ਜਾ ਕੇ ਕਢਾਉਂਦੇ ਸਰਪੰਚ ਨੇ ਉੱਥੇ ਜਿੰਦੇ ਲਵਾ ਕੇ ਦੋ ਜਿੰਦੇ ਲਵਾ ਕੇ ਜੀ ਅਸੀਂ ਭੰਤ ਉਹਨਾਂ ਨੇ ਮੇਰਾ ਮੁੰਡਾ ਥਾਣੇ ਉੱਪਰ ਦਾ ਕਰਤਾ ਇੰਨਾ ਉਹਨਾਂ ਨੇ ਸਾਡੇ ਨਾਲ ਧੱਕਾ ਕਰਿਆ ਕੋਈ ਸਾਹ ਉੱਥੋਂ ਮੇਰੇ ਪਸ਼ੂ ਬੰਦ ਕਰਤੇ ਕਬਰਸਤਾਨ ਨੂੰ ਜਿੰਦੇ ਲਾਤੇ ਅੱਜ ਮੇਰੇ ਘਰ ਵਾਲਾ ਮੁੱਕ ਗਿਆ ਸਾਨੂੰ ਗਿੱਠ ਜਗ੍ਹਾ ਨਹੀਂ ਹੈਗੀ ਕਿਤੇ ਟੋਆ ਕੱਢਣ ਇਕੱਲਾ ਘਰ ਹੈ ਸਾਡੇ ਨੇ ਧੱਕਾ ਕਰਦੇ ਅੱਜ ਜੁਮਣ ਬੰਦਾ ਦਫਨਾਉਣ ਅਸੀਂ ਕਿੱਥੇ ਦਫਨਾਇਆ ਜਾਇਦ ਕਬਜ਼ਾ ਕਰ ਬੈਠੇ ਤੁਹਾਡੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਹੈ ਜੀ ਤੁਹਾਡੀ ਕਬਰਾਂ ਜਗ੍ਹਾ ਚਾਹੀਏ ਨਾ ਸਾਨੂੰ ਸਾਧੂ ਸਿੰਘ ਪਿੰਡ ਢੋਡੇ ਤੋਂ ਸਰਪੰਚ ਜੀ ਹਾਂਜੀ ਜੀ ਇਹ ਤਾਂ 21 ਸਾਲ ਪਹਿਲਾਂ ਹੀ ਧਰਮਸ਼ਾਲਾ ਬਣੀ ਜਾਂ ਮੇਰੇ ਤੋਂ ਪਹਿਲਾਂ 3 ਚੱਲਿਆ ਗਿਆ ਬੱਚਾ ਤਾਂ ਇਹ ਜੇ ਇੱਥੇ ਸਾਡੇ ਪਿੰਡ ਦੇ ਬਸਿੰਦੇ ਜਾਂ ਜਦੋਂ ਕਿਉਂ ਨਹੀਂ ਇਹਨਾਂ ਨੇ ਰੌਲਾ ਪਾਇਆ ਇਹ ਖੱਡੜਿਆਂ ਦੇ ਬਸਿੰਦੇ ਨੇ ਜੀ ਇਹਨਾਂ ਦੇ ਪਿੰਡ ਇਹਨਾਂ ਦੀ ਤਾਂ ਸਾਡੇ ਪਿੰਡ ਜਗ੍ਹਾ ਵੀ ਹੈ ਜੀ ਖੱਡੜੇ ਚਾਰ ਦਬਰਾਈ ਜਾਂਦੀ ਸੀ ਖੱਡੜਿਆਂ ਦੇ ਬੰਦੇ ਨੇ ਜੀ ਇਹ ਇਸ ਪਿੰਡ 'ਚ ਆ ਕੇ ਕਦੋਂ ਤੇ ਵਸਿਆ ਜੀ ਇਹ ਮੈਂ ਕਹਿੰਦਾ 15-16 ਸਾਲ ਲੱਗੂ 16 ਸਾਲ ਹੋ ਗਏ ਜੀ ਹਾਂਜੀ 16 ਸਾਲ ਤੋਂ ਇਹਨਾਂ ਨੇ ਅੱਜ ਤੱਕ ਕੋਈ ਵੀ ਪਿੰਡ ਦੇ ਵਿੱਚ ਕੋਈ ਇਹਨਾਂ ਦੀ ਮੌਤ ਹੋਈ ਤਾਂ ਇਸ ਪਿੰਡ 'ਚ ਨਹੀਂ ਦਫਨਾਇਆ ਗਿਆ ਨਹੀਂ ਜੀ ਖੱਡੜਾ ਦਫਨਾਇਆ ਗਿਆ ਜੀ ਉਹ ਤਾਂ ਜੀ ਵਿਹੜੇ ਦੀ ਹੁਣ ਧਰਮਸ਼ਾਲਾ ਇਹਨਾਂ ਦੇ ਵਿਹੜੇ ਦੀ ਧਰਮਸ਼ਾਲਾ 'ਚ ਤੁਹਾਨੂੰ ਦਫਨਾਉਂ ਦੇ ਦਾਂਗੇ ਜੀ ਭੁਪਿੰਦਰ ਸਿੰਘ ਮੇਰਾ ਨਾਂ ਜੀ ਮੈਂ ਪਿੰਡ ਢੋਡੇ ਤੋਂ ਹਾਂਜੀ ਬੋਲਦਾ ਜੀ ਮੈਂ ਸਮਾਜ ਸੇਵਕ ਬੰਦਾ ਜੀ ਸਾਡੇ ਪਿੰਡ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਦੀਆਂ ਕਬਰਸਤਾਨਾਂ ਦੀ ਜਗ੍ਹਾ ਜੀ ਸਾਡੇ ਪਿੰਡ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਸੀ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਪਾਕਿਸਤਾਨ ਚਲੇ ਗਏ ਕੁਛ 2-4 ਘਰ ਰਹਿ ਗਏ ਸੀ ਉਹ ਵੀ ਇੱਧਰੋਂ ਉੱਧਰ ਬਿਖਰ ਗਏ ਹੁਣ ਪਿਛਲੇ 40 ਸਾਲ ਤੋਂ ਸਾਡੇ ਪਿੰਡ ਹਨੀਫ ਖਾਂ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਜੀ ਕਬਰਸਤਾਨਾਂ ਦੀ ਜਗ੍ਹਾ ਉੱਤੇ ਗ੍ਰਾਮ ਪੰਚਾਇਤ ਨੇ ਪਿੰਡ ਦੀ ਨੇ ਧੱਕੇ ਨਾਲ ਕਬਜ਼ਾ ਕਰਿਆ ਜਿਸ ਦੀਆਂ ਪੁਲਿਸ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ DC ਸਾਹਿਬ ਨੂੰ ਸਾਰੇ ਸ਼ਿਕਾਇਤਾਂ ਕਰੀਆਂ ਗਈਆਂ ਸੀ ਪਿਛਲੇ 5-7 ਸਾਲਾਂ ਤੋਂ ਕੋਈ ਵੀ ਨਿਪਟਾਰਾ ਨਹੀਂ ਹੋਇਆ ਜੀ ਧਰਮਸ਼ਾਲਾ ਦੇ ਉੱਤੇ ਭਗਤ ਰਵਿਦਾਸ ਜੀ ਦਾ ਬੋਰਡ ਲਾ ਕੇ ਭਗਤ ਰਵਿਦਾਸ ਜੀ ਨੂੰ ਵੀ ਨਿਰਾਦਰ ਕਰਿਆ ਔਰ ਮੁਸਲਮਾਨ ਭਾਈਚਾਰੇ ਨੂੰ ਵੀ ਨਿਰਾਦਰ ਕਰਿਆ ਜੀ ਪਰ ਹੁਣ ਤੱਕ ਕੋਈ ਖਬਰਾਂ ਨਹੀਂ ਦਿੱਤੀਆਂ ਅੱਜ ਸਾਡੇ ਪਿੰਡ ਦੇ ਹਨੀਫ ਖਾਂ ਦੀ ਮੌਤ ਹੋ ਗਈ ਪਰ ਇਸ ਨੂੰ ਸਪੁਰਦੇ ਖਾਕ ਕਰਨ ਲਈ ਕਿਤੇ ਵੀ ਕੋਈ ਜਗ੍ਹਾ ਨਹੀਂ ਮੇਰਾ ਜੀ ਨਿਆਜ਼ ਖਾਂ ਨਾਂ ਆ ਇੱਥੇ ਕਬਰਾਂ ਹੈਗੀਆਂ ਨੇ ਪੰਚਾਇਤ ਨੇ ਧੱਕੇ ਨਾਲ ਦੱਬੀਆਂ ਹੋਈਆਂ ਨੇ ਥਾਣੇ ਵੀ ਕੇਸ ਗਿਆ ਹੋਇਆ ਉਹਦਾ ਫੈਸਲਾ ਵੀ ਹੋਇਆ ਕਹਿੰਦੇ ਵੀ ਤੁਹਾਨੂੰ ਜਗ੍ਹਾ ਦੇਵਾਂਗੇ ਉਹ ਵੀ ਦਿੱਤੀ ਨਹੀਂ ਹੈਗੀ ਹੁਣ ਚਾਬੀ ਲੈਣ ਗਏ ਅਤੇ ਉਹਨਾਂ ਨੇ ਚਾਬੀ ਨਹੀਂ ਦਿੱਤੀ ਪੰਚਾਇਤ ਨੇ ਸਾਧੂ ਸਿੰਘ ਸਰਪੰਚ ਆ ਉਹ ਕਹਿੰਦੇ ਸੀ ਬਈ ਧਰਮਸ਼ਾਲਾ ਬਣਾ ਲਈ ਉੱਥੇ ਬੋਰਡ ਲਾਤਾ ਕਬਰਾਂ ਦੇ ਉੱਥੇ ਧਰਮਸ਼ਾਲਾ ਦਾ ਰਮਦਾਸ ਭਗਤ ਦਾ ਇਹ ਮੰਗ ਕਰਦੇ ਹਾਂ ਜੀ ਵੀ ਅੱਜ ਸਾਨੂੰ ਐਂ ਦੱਸਣ ਬਈ ਬੰਦਾ ਕਿੱਥੇ ਦਫਨਾਉਣ ਇਸੇ ਥਾਣੇ ਵੀ ਫੈਸਲਾ ਹੋਇਆ ਉਹ ਵੀ ਕੋਈ ਉਹ ਹੋਇਆ ਮੁੱਖ ਮੰਤਰੀ ਨੂੰ ਵੀ ਚਿੱਠੀਆਂ ਲਿਖੀਆਂ ਕੇਸ ਵੀ ਚੱਲਦਾ ਸਾਰਾ ਕੁਛ ਹੋਇਆ ਕੋਈ ਉਹਨਾਂ ਦਾ ਸੁਣਵਾਈ ਨਹੀਂ ਹੋਈ ਕਿਤੇ ਵੀ 4-5 ਸਾਲ ਦਾ ਕੇਸ ਚੱਲ ਇਹ 40-45 ਸਾਲ ਤੋਂ ਉੱਥੇ ਰਹਿ ਰਹੇ ਆ ਪਹਿਲਾਂ